ਲਓ ਜੀ ਜਿਹੜੇ ਕਹਿੰਦੇ ਆ ਕਿਸਾਨ ਭਰਾ ਵੀ ਹਨਾ ਵੀ ਸੁਪਰ ਸ਼ੀਟਰ ਦੀ ਕਣਕ ਆ ਜਿਹੜੀ ਉਹ ਵੀ ਹੋ ਜਾਂਦੀ ਆ ਕੁਸ ਥਾਵੇਂ ਤੇ ਕੁਸ ਥਾਵੇਂ ਹੋਰ ਰਹਿ ਜਾਂਦੀ ਆ ਤੇ ਵਿੱਚ ਵੀ ਵਧੀਆ ਨਹੀਂ ਹੁੰਦੀ ਹੈਗੀ ਹਨਾ ਤੇ ਬਈ ਮੈਂ ਆਹ ਵੀਡੀਓ ਦੇ ਵਿੱਚ ਦੱਸਣ ਲੱਗਿਆ ਤੁਸੀਂ ਪਹਿਲਾਂ ਕੀ ਕਰਨਾ ਹੁਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਪੇਜ ਨੂੰ ਫੋਲੋ ਕਰ ਦੇਣਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਮੈਂ ਇਸ ਕਰਕੇ ਵੀਡੀਓ ਲੱਗਿਆ ਸੀਗਾ ਬਣਾਉਣ ਆਪਣੇ ਸੀਗੀ ਸੁਪਰ ਸ਼ੀਟਰ ਦੀ ਸਾਰੀ ਕਣਕ ਤੇ ਮੈਂ ਤਾਂ ਕਰਕੇ ਤੁਹਾਡੇ ਨਾਲ ਮਖਾ ਚਲੋ ਵੀ ਵੀਡੀਓ ਸਾਂਝੀ ਕਰ ਲੈਨੇ ਆਪਾਂ ਸਾਰਿਆਂ ਨਾਲ ਦਿਖਾ ਵੀ ਦਿੰਨੇ ਆ ਕਣਕ ਤੇ ਹੁਣ ਬਾਈ ਜੇ ਹੁਣ ਤੁਸੀਂ ਸਾਡੇ ਚਾਰੇ ਪਾਸੇ ਖੇਤ ਦੇ ਦੇਖੋ ਨਾ ਤੇ ਆਪਣੇ ਆਹ ਸਾਰੀ ਸੁਪਰ ਸੀਡਰ ਦੀ ਆ ਜਿੰਨੀ ਬੀਜੀ ਆ ਆ ਕਣਕ ਇਹ ਵੀ ਬਾਈ ਕੋਸੇ ਬੀਜਣ ਦਾ ਮੰਨ ਲਓ ਆਪਣੇ ਲੋਕ ਪਤਾ ਕੀ ਕਰਦੇ ਆ ਕਿਸਾਨ ਭਰਾ ਤੇਜੀ ਕਰਦੇ ਆ ਬੀਜਣ ਦੀ ਕਾਲੀ ਕਰਦੇ ਆ ਔਟਕੀਲੇ ਬੀਜ ਦੀ ਜੇ ਸਹੀ ਮਹੀਨੇ ਦੇ ਵਿੱਚ ਬੀਜਣਿਆ ਨਾ ਸਿਰਫ ਬਾਈ 4 ਕਿਲੇ ਬੀਜੇ ਜਾਂਦੇ ਆ ਇੱਕ ਦਿਹਾੜੀ ਦੇ ਵਿੱਚ ਸਿਰਫ 4 ਕਿਲੇ ਆਪਾਂ ਹੁਣ ਆਏ ਹੈਗਾ ਆਪਣੇ ਜਿਹੜਾ ਟਰੈਕਟਰ ਹੈਗਾ ਉਸ ਦਾ ਹੁਣ ਜਿਹੜਾ ਇਹ ਆਪਣੇ ਸਾ ਟਰੈਕਟਰ ਹੈਗਾ ਉਹਦੇ ਪਤਾ ਕੀ ਆ ਉਹਦੇ ਆਪਾਂ 3 ਸਪੀਡ ਕਰਾਇਆ ਸੀਗਾ ਉਹਦੇ ਗੇਅਰ ਲਵਾਇਆ ਸੀਗਾ ਤੇ ਉਹਦੇ ਜਿਹੜਾ ਗੇਅਰ ਲਵਾਇਆ ਸੀ ਆਪਾਂ ਨੇ ਉਹ ਮੰਨ ਲਓ ਖਣੀ 25-30000 ਰੁਪਏ ਲੱਗਿਆ ਸੀਗਾ ਉਹ ਪਤਾ ਕੀ ਗੱਲ ਆ ਜਿਹੜੇ ਆਮ ਟਰੈਕਟਰ ਹੁੰਦੇ ਆ ਆਮ ਏਜੰਸੀ ਦਿੰਦੀ ਆ ਟਰੈਕਟਰ 3 ਸਪੀਡ ਉਹਨਾਂ ਦਾ ਕੀ ਹੈਗਾ ਉਹਨਾਂ ਦਾ ਏਜੰਸੀ ਬੰਨੀ ਉਹ ਤੋਰਾਗਾ ਜਿਹੜਾ ਉਹ ਸਹੀ ਹੈਗਾ ਤੇ ਹੁਣ ਜਿਹੜਾ ਆਪਾਂ ਇਹ ਬਾਹਰੋਂ ਇਹ ਕਰਵਾਉਣੇ ਕੱਟ ਬਵਾਉਣੇ ਆਗੇ ਗੇਰ ਦੀ ਇਹਦਾ ਪਤਾ ਕੀ ਗੱਲ ਆ ਇਹਦਾ ਜਿਹੜਾ ਇਹ ਟਰੈਕਟਰ ਦਾ ਤੋਰਾ ਹੁੰਦਾ ਜਿਹੜਾ ਬਾਹਰੋਂ ਕੱਟ ਬਵਾ ਕੇ ਉਹਦਾ ਤੋਰਾ ਥੋੜਾ ਜਿਆ ਏਜੰਸੀ ਵਾਲੇ ਟਰੈਕਟਰਾਂ ਨੂੰ ਜ਼ਿਆਦਾ ਘਟ ਜਾਂਦਾ ਉਹਦਾ ਕਰਕੇ ਮਤਲਬ ਆਇਆਂਗਾ ਜਦੋਂ ਟਰੈਕਟਰ ਸਲੋ ਚੱਲਦਾਗਾ ਤੇ ਉਨੀ ਬਾੜਾ ਜਿਹੜੀ ਉਹ ਵਧਿਆ ਕਰਦਾਗਾ ਆਮ ਜਿਹੜੇ 3 ਸਪੀਡ ਟਰੈਕਟਰ ਨੇ ਆਮ ਏਜੰਸੀਆਂ ਦਿੰਦੀਆਂ ਨੇ ਉਹ ਟਰੈਕਟਰਾਂ ਨਾਲੋਂ ਹੁਣ ਇਹ ਸਰਪ੍ਰਾਈਜ਼ ਦਾ ਤੋਰਾ ਸੀਗਾ ਇਹ ਫੇਰ ਵੀ ਘੱਟ ਆਗਾ ਬਹੁਤ ਘੱਟ ਆਗਾ ਤੇ ਹੁਣ ਆਇਆ ਬਾਈ ਜਿਹੜਾ ਏਜੰਸੀ ਦਿੰਦੀ ਆ ਉਹ ਤਾਂ ਤਾਂ ਫਿਰ ਹੁਣ ਫਰਕ ਹੀ ਹੁੰਦਾਗਾ ਟਰੈਕਟਰ ਦਾ ਤੇ ਹੁਣ ਇਹਦਾ ਬਾਈ ਹੁਣ ਫਿਰ ਕਰਿਆ ਵਗਾ ਆਪਣਾ 3 ਸਪੀਡ ਤਾਂ ਕਰਕੇ ਥੋੜਾ ਜਿਹਾ ਇਹ ਘੱਟ ਤੁਰਦਾ ਟਰੈਕਟਰ ਤੇ ਹੁਣ ਬੀਜਾਂ ਦਾ ਹੁਣ ਲਾ ਲੋ ਸਾਹਿਬ ਵੀ ਆਪਾਂ ਆ ਵੀ ਕਿਵੇਂ ਬੀਜਦੇ ਹਾਂ ਹੁਣ ਜਦੋਂ ਬਾਈ ਆਪਾਂ ਬੀਜਦੇ ਹਾਂ ਥੋੜਾ ਜਿਹਾ ਹੌਲੀ ਬੀਜੀਦਾ ਤੇ ਡੂੰਘਾ ਰੱਖ ਕੇ ਜਿਹੜੀ ਮੰਨ ਲਓ ਵੀ ਮੂਰੇ ਦੇ ਹੁੰਦੇ ਆਪਣੇ ਫਾਲੀਆਂ ਹੁੰਦੀਆਂ ਨੇ ਉਹ ਡੂੰਘੀਆਂ ਜਾਂਦੀਆਂ ਨੇ ਮਗਰੋਂ ਥੋੜਾ ਜਿਹਾ ਜਿਹੜੀਆਂ ਤਬੀਆਂ ਹੁੰਦੀਆਂ ਨੇ ਜਿੰਨਾ ਹਿਸ਼ਾਰ ਕੱਢਦੀਆਂ ਨੇ ਉਹ ਉਹ ਤਬੀਆਂ ਕੀ ਆ ਬਈ ਉਹ ਥੋੜਾ ਜਨਾ 3 ਇੰਚ ਜਾਂਦੀਆਂ ਨੇ ਥੱਲੇ ਥੋੜੀਆਂ ਜਿਹਾ ਆਪਾਂ ਮੂਰੋ ਡੰਡਾ ਟਾਈਟ ਕਰਕੇ ਤੇ ਪਿੱਛੇ ਨੂੰ ਮੰਨ ਲਓ ਵੀ ਜਿਹੜਾ ਪਿਛਲਾ ਪਾਸੋਂ ਉੱਠ ਖੜਦਾ ਮੰਨ ਲਓ ਵੀ 3 ਇੰਚ ਤੇ ਦਾਣਾ ਜਾਂਦਾਗਾ ਫਿਰ ਆਏਗਾ ਉਹ ਕਣਕ ਹੋ ਜਾਂਦੀ ਹੈ ਹਰੀ ਵਧੀਆ ਜਾਨੀ ਕਿ ਗੱਲ ਚ ਦਾਣਾ ਜਾਂਦਾ ਹੁਣ ਜਿਹੜੀ ਕਹਿੰਦੇ ਆਪਾਂ ਹਰੀ ਨਹੀਂ ਹੁੰਦੀ ਕਣਕ ਉਹਦਾ ਵੀ ਕਾਰਨ ਤੁਹਾਨੂੰ ਮੈਂ ਦੱਸਣ ਲੱਗਾ ਕੀ ਆ ਇੱਕ ਤਾਂ ਜਿਹੜਾ ਮਗਰ ਬੇਲਣ ਲੱਗਿਆ ਹੁੰਦਾ ਬਾਈ ਉਹਦੀ ਜਿਹੜੀ ਦਾਵ ਉਹ ਜ਼ਿਆਦਾ ਆ ਜਾਂਦੀ ਆ ਇੱਕ ਤਾਂ ਪਹਿਲਾ ਕਾਰਨ ਤਾਂ ਉਹਦਾ ਉਹ ਹੈਗਾ ਹੁਣ ਜਦੋਂ ਆਪਾਂ ਥੋੜੀ ਜੀ ਤੇਜ਼ੀ ਕਰਦੇ ਆ ਉਦੋਂ ਕੀ ਗੱਲ ਆ ਜਿਹੜੇ ਦਾਣੇ ਆ ਬਾਈ ਉਹ ਹੋਸੇ ਰਹਿ ਜਾਂਦੇ ਆ ਥੋੜੇ ਜੀ ਉੱਪਰ ਵੀਅ ਕੋਸ ਕਮੇਟੀ ਦੇ ਵਿੱਚ ਜ਼ਮੀਨ ਗਿੱਲੀ ਹੋਣੀ ਚਾਹੀਦੀ ਹੈ ਜ਼ਮੀਨ ਜ਼ਿਆਦਾ ਵੀ ਨਹੀਂ ਗਿੱਲੀ ਹੋਣੀ ਚਾਹੀਦੀ ਇੱਕ ਇੱਕ ਗੱਲ ਹੋਰ ਵੀ ਹੋਈ ਹੈ ਸਾਡੇ ਨਾਲ ਹੁਣ ਜਿ세 ਹੁਣ ਜ਼ਿਆਦਾ ਗਿੱਲਾ ਸੀਗਾ ਬਈ ਉਹ ਗਿੱਲੀ ਜ਼ਮੀਨ ਸੀ ਜਿਹੜੀ ਉਹਦੇ ਵਿੱਚ ਟਰੈਕਟਰ ਸਲਿੱਪ ਕੱਢਦਾ ਰਿਹਾਗਾ ਤੇ ਹੁਣ ਜਿਹੜਾ ਮੰਨ ਲਓ ਵੀ ਆ ਆਪਾਂ ਹੁਣ ਕਣਕ ਬੀਜੀ ਆ ਇਹ ਟਰੈਕਟਰ ਦਾ ਜਿਹੜਾ ਤੋਰਾ ਸੀਗਾ ਇਹ ਹੌਲੀ ਸੀਗਾ ਤੇ ਮੰਨ ਲਓ ਵੀ ਦਾਬ ਆ ਜਿਹੜੀ ਵੇਲਣ ਦੀ ਉਹ ਬਹੁਤ ਜ਼ਿਆਦਾ ਘਟ ਰੱਖੀ ਹੈਗੀ ਮੰਲੋ ਵੀ ਨਾਰਮਲ ਜੀ ਰੱਖੀ ਆ ਕੁਝ ਦਾਣੇ ਨੰਗੇ ਮੋੜੇ ਮੋਟੇ ਰਹਿ ਜਾਂਦੇ ਆ ਉਹ ਕੋਈ ਚੱਕਰ ਨਹੀਂ ਉਹ ਥਾਲੀ ਵੀ ਘੱਟ ਸੀ ਉਹਦਾ ਕਾਰਨ ਇਹੀ ਆ ਦਾਣੇ ਆ ਜਿਹੜੇ ਬਈ ਉੱਪਰ ਰਹਿ ਜਾਂਦੇ ਆ ਮਿੱਟੀ ਦੇ ਉਹ ਜਦੋਂ ਉੱਪਰ ਰਹਿ ਜਾਂਦੇ ਆ ਦਾਣੇ ਉਹ ਖੁਸਕਚ ਰਹਿ ਜਾਂਦੇ ਆ ਉਹ ਜਦੋਂ ਪਾਣੀ ਲਾਉਨੇ ਆਪਾਂ ਫੇਰ ਜਾ ਕੇ ਹਰੇ ਹੁੰਦੇ ਆ ਗਾਹਾਂ ਉਹ ਕਣਕ ਰਲਦੀ ਨਹੀਂ ਨਾਲ ਚਾਹੇ ਜਿੰਨਾ ਮਰਜੀ ਆਪਾਂ ਮੱਥਾ ਮਾਰ ਲਈਏ ਉਹ ਰਲਦੀ ਨਹੀਂ ਥੀ ਨਾਲ ਤੇ ਉਹਨੂੰ ਅਲੱਗ ਜਾਂਦਾ ਟਾਈਮ ਜਾਨੀ ਕਿ ਤੇ ਹੁਣ ਆਏ ਆ ਤੇ ਹੁਣ ਜਿੱਥੇ ਹੈਗੀ ਆ ਪਰਾਲੀ ਹੁਣ ਜ਼ਿਆਦੇ ਬਈ ਉੱਥੇ ਪਤਾ ਕੀ ਗੱਲ ਉੱਥੇ ਤਾਂ ਚਲੋ ਦਾਣੇ ਰਹਿਣੇ ਰਹਣੇ ਉੱਪਰ ਉੱਥੇ ਤਾਂ ਆਪਾਂ ਵੀ ਮੰਨਦੇ ਆਂ ਵੀ ਹਰੀ ਨਹੀਂ ਹੁੰਦੀ ਕਣਕ ਉੱਥੇ ਬਈ ਪਾਣੀ ਪੋਣੀ ਲੱਗੇ ਤਾਂ ਮਾੜੀ ਮੋਟੀ ਨਿਕਲਿਆ ਆਉਂਦੀ ਆ ਨਹੀਂ ਤਾਂ ਉਹ ਜਿੱਥੇ ਬਿਰਲੀ ਜੀ ਆ ਉਸੇ ਤਰ੍ਹਾਂ ਹੀ ਰਹਦੀ ਆ ਤੇ ਹੁਣ ਆਪਣੀ ਹੁਣ ਸਾਰੀ ਕਣਕ ਬੀਜੀ ਆ ਦਿਖਾ ਵੀ ਦਿੰਦਾ ਮੈਂ ਆਹ ਦੇ ਆਹ ਸਾਰੀ ਸੁਪਰ ਸੀਡਰ ਦੀ ਆਪਣੀ ਕਣਕ ਜਿੰਨੀ ਹੈਗੀ ਆਹ ਸੱਤੇ ਵਿੱਚ ਕਹਿੰਦੇ ਆ ਵੀ ਹਰੀ ਨਹੀਂ ਹੁੰਦੀ ਕਣਕ ਤੇ ਹਰੀ ਨਹੀਂ ਹੁੰਦੀ ਇੱਧਰ ਜਿਹੜੀ ਆਹ ਕਣਕ ਆ ਇਹ ਵੀ ਬਈ ਸੁਪਰ ਸੀਡਰ ਦੀ ਆ ਤੇ ਹੁਣ ਮੈਨੂੰ ਐ ਸੀਗਾ ਵੀ ਹਨਾ ਵੀ ਹੁਣ ਸਾਰਿਆਂ ਨਾਲ ਆਪਾਂ ਇਹ ਵੀਡੀਓ ਸ਼ੇਅਰ ਕਰ ਲਈ ਬਹੁਤ ਟਾਈਮ ਦਾ ਮੈਨੂੰ ਐ ਸੀਗਾ ਵੀ ਵੀਡੀਓ ਬਣਾ ਕੇ ਪਾਈਏ ਵੀ ਆਪਾਂ ਵੀ ਵੀਡੀਓ ਬਣਾ ਕੇ ਇਹ ਪਾਈਏ ਮੈਂ ਇਥੋਂ ਪਈ ਨਹੀਂ ਸੀ ਮੇਰਾ ਟਾਈਮ ਨਹੀਂ ਸੀ ਲੱਗਿਆ ਤਾਂ ਕਰਕੇ ਮੈਂ ਇਹ ਵੀਡੀਓ ਤੇ ਪਾ ਨਹੀਂ ਸਕਿਆ ਤੇ ਹੁਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਤੇ ਵੀਡੀਓ ਦੇਖਦੇ ਤਾਂ ਪੇਜ ਨੂੰ ਫੋਲੋ ਕਰ ਲੈਣਾ ਤੇ ਹੁਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਹੁਣ ਵਧੀਆ ਜੀ ਮੈਂ ਅਗਲੀ ਵੀ ਵੀਡੀਓ ਲੈ ਕੇ ਆਉਂਗਾ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ